ਦੋਸਤੋ ਇਸ ਵੀਡੀਓ ਦੇ ਥਰੂ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਗਰ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤਾਂ ਕੁਝ ਅਜਿਹੇ ਕੰਮ ਤੁਹਾਨੂੰ ਨਹੀਂ ਕਰਨੇ ਚਾਹੀਦੇ ਜੋ ਤੁਹਾਡੀ ਜ਼ਿੰਦਗੀ ਦੇ ਲਈ ਬਹੁਤ ਹੀ ਖਤਰਨਾਕ ਸਾਬਿਤ ਹੋ ਸਕਦੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਲੇਡੀ ਆ ਇਹ ਆਪਣੇ ਘਰ ਦੇ ਵਿੱਚ ਸਟੂਲ ਦੇ ਉੱਪਰ ਚੜ੍ਹੀ ਹੋਈ ਆ ਔਰ ਇਹਦਾ ਅਜਿਹਾ ਐਕਸੀਡੈਂਟ ਹੁੰਦਾ ਹੈ ਪੈਰ ਸਲਿੱਪ ਹੋਣ ਕਰਨ ਇਹ ਥਾਈ ਬਿਉਸ਼ ਹੋ ਜਾਂਦੀ ਆ ਸੋ ਅਜਿਹੇ ਕੰਮ ਸਾਨੂੰ ਘਰ 'ਚ ਜਦੋਂ ਇਕੱਲੇ ਆ ਉਦੋਂ ਨਹੀਂ ਕਰਨੇ ਚਾਹੀਦੇ ਆ ਤੁਸੀਂ ਦੇਖੋ ਘਰ ਦੇ ਵਿੱਚ ਇਹ ਪੌੜੀ ਅਕਸਰ ਹੀ ਸਾਡੇ ਸਾਰਿਆਂ ਕੋਲ ਹੁੰਦੀ ਆ ਔਰ ਇਹ ਬੰਦਾ ਘਰ ਦੇ ਵਿੱਚ ਇਕੱਲਾ ਹੋਣ ਕਰਕੇ ਪੌੜੀ ਤੋਂ ਡਿੱਗ ਗਿਆ ਜ ਜਦੀ ਮਦਦ ਵੀ ਕਰਨ ਲਈ ਕੋਈ ਨਹੀਂ ਹੈਗਾ ਔਰ ਇਹ ਲੇਡੀ ਸਟੂਲ ਦੇ ਉੱਪਰ ਚੜ ਰਹੀ ਹੈ ਖਾਸ ਕਰਕੇ ਇਹੜੇ ਪਲਾਸਟਿਕ ਵਾਲੇ ਸਟੂਲ ਹੁੰਦੇ ਆ ਇਹਨਾਂ ਉੱਪਰ ਤੇ ਕਦੀ ਵੀ ਰਿਸਕ ਨਹੀਂ ਲੈਣਾ ਚਾਹੀਦਾ ਇਹਨਾਂ ਦਾ ਪਤਾ ਨਹੀਂ ਕਦੀ ਵੀ ਟੁੱਟ ਸਕਦੇ ਆ ਤੁਹਾਨੂੰ ਧੋਖਾ ਦੇ ਸਕਦੇ ਆ ਸੋ ਇਹ ਸਾਨੂੰ ਆਪਣੀ ਜਾਨ ਦੀ ਪਰਵਾਹ ਹਮੇਸ਼ਾ ਕਰਨੀ ਚਾਹੀਦੀ ਆ ਆ ਦੇਖੋ ਸੋ ਰਬ ਵਾਈਗਰੂ ਭਲਾ ਕਰੇ ਜਿਹਾ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦੀ ਆ ਸੋ ਕਦੀ ਵੀ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਅਜਿਹੇ ਕੰਮ ਨਾ ਕਰੋ ਸੋ ਆ ਤੁਸੀਂ ਦੇਖ ਰਹੇ ਹੋ ਇੱਕ ਲੇਡੀ ਥੱਲੇ ਬੈਠੀ ਹੋਈ ਆ ਔਰ ਇਹ ਲੇਡੀ ਜਿਹੜੀ ਉੱਪਰ ਸ਼ੈਲਫ ਦੇ ਉੱਪਰ ਚੜ ਰਹੀ ਆ ਔਰ ਪੈਰ ਸਲਿੱਪ ਹੋਣ ਕਰਨਾ ਇਹ ਵੀ ਅਜਿਹੇ ਢੰਗ ਦੇ ਨਾਲ ਡਿੱਗਦੀ ਆ ਕਿ ਬਹੁਤ ਹੀ ਖਤਰਨਾਕ ਸੱਟ ਲੱਗੀ ਹੋਏਗੀ ਉਸ ਨੂੰ ਮੈਂ ਪੂਰਾ ਸ਼ੋਰ ਹਾਂ ਕਿ ਜੇ ਅਜਿਹੇ ਤਰੀਕੇ ਨਾਲ ਜੀ ਡਿੱਗੀ ਆ ਨਾ ਲੇਡੀ ਕਿ ਇਹਨੂੰ ਬਹੁਤ ਹੀ ਸੋ ਵਾਇਗਰੂ ਭਲੀ ਕਰੇ ਅਜਿਹੇ ਕੰਮ ਸਾਨੂੰ ਘਰ ਦੇ ਵਿੱਚ ਇਕੱਲੇ ਰਹਿੰਦੇ ਨਹੀਂ ਕਰਨੇ ਚਾਹੀਦੇ